ਤੇ ਲੈਲਾ ਲਾਲਾ ਮਰ ਗਿਆ, ਲਾਲਾ ਜੱਟ ਨਰਾਇਣ। ਉਹਦੀ ਲਾਸ਼ ਵੇਲੇ ਪੁੱਤਰ ਰਮੇਸ਼ ਨੂੰ ਦਿੱਤੀ ਗਈ, ਉਹ ਮਰਿਆ ਕਿਉਂ? ਭਾਵੇਂ ਕੇਸ ਚੱਲਦਾ ਕਈ ਕਹਿੰਦੇ ਅਸਰ ਪਊਗਾ, ਪੈਂਦਾ ਰਹੇ, ਕੋਈ ਫਰਕ ਨਹੀਂ ਪੈਣਾ, ਦੋ ਹੀ ਅੰਦਰ ਫਾਂਸੀ ਚੜ ਜਾਣਗੇ, ਚੜ ਜਾਣ। ਲਾਲਾ ਜਗਤ ਨਰਾਇਣ ਕਿਉਂ ਮਰਿਆ? ਉਹਨੇ ਅਖਬਾਰਾਂ 'ਚ ਖਬਰ ਦਿੱਤੀ ਕਿ ਗੁਰੂ ਗੋਬਿੰਦ ਸਿੰਘ ਜੀ ਸ਼ਾਹਜਾਦਾਂ ਦੀ ਤਰ੍ਹਾਂ ਜੀਵਨ ਬਤੀਤ ਕਰਨ ਵਾਲੇ ਸੀ, ਬੜੇ ਭਾਰੀ ਸ਼ੌਂਕੀ ਸੀ ਤੇ ਇਦੂ ਮੰਦ ਭਾਸ਼ਾ ਵਰਤੀ ਹੋਰ, ਪਰ ਕਿਸੇ ਸਿੱਖ ਦੇ ਕੰਨ ਤੇ ਜੂ ਨਹੀਂ ਸਰਕੀ, ਕਿਸੇ ਗੌਰਮੈਂਟ ਦੇ ਨਹੀਂ ਸਰਕੀ ਤੇ ਕਿਸੇ ਹਿੰਦੂ ਭਾਈ ਦੇ ਨਹੀਂ ਸਰਕੀ। ਫੈਡਰੇਸ਼ਨ ਦੇ ਵਿਦਿਆਰਥੀਆਂ ਨੇ ਕੁਝ ਕੁ ਪੱਤਰੇ ਅਖਬਾਰਾਂ ਨੇ ਸਾੜ ਦਿੱਤੇ, ਉਹਨਾਂ ਤੇ ਮੀਸਾਂ ਲੱਗੀ, ਕੁੱਟਾਂ ਸਾਰੀਆਂ, ਤੇ ਕਿਸੇ ਗੁਰੂ ਕੇ ਪਿਆਰੇ ਤੋਂ ਨਾ ਰਿਹਾ ਗਿਆ। ਆਪਣੇ ਪਿਓ ਦੀ ਬੇਇੱਜ਼ਤੀ ਹੁੰਦੀ ਵੇਖ ਕੇ ਕਿਸੇ ਅਣਖ ਵਾਲੇ ਨੇ ਲੈ ਕੇ ਗੁਰੂ ਦਾ ਆਸਰਾ ਤੇ ਗੱਡੀ ਚੜਾ ਦਿੱਤਾ ਤੇ ਕਹਿ ਦਿੱਤਾ ਜੀ ਪਿੰਡਰਾਂ ਵਾਲੇ ਸੁਖਵਾਤਾਂ ਨੂੰ ਮਰਵਾ ਦਿੱਤਾ, ਉਹ ਮੈਨੂੰ ਵੀ 25 ਦਿਨ ਰੱਖਿਆ ਤੇ ਮੁੜ ਕੇ ਤਰਲੇ ਮਿੰਟਾਂ ਕੱਢ ਕੇ ਸੰਗਤ ਦੀ ਇਕੱਤਰਤਾ ਨੂੰ ਵੇਖ ਕੇ ਛੱਡ ਦਿੱਤਾ। ਇਹ ਸ਼ਾਂਤੀ ਕਿੱਥੋਂ ਤੱਕ ਰੱਖਣੀ ਹੈ? ਆਹ ਲਾਲਾ ਜਗਤ ਨਰਾਇਣ ਦੀ ਫੋਟੋ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ, ਸੱਜੇ ਪਾਸੇ ਲਾਲਾ ਜਗਤ ਨਰਾਇਣ ਦੀ ਫੋਟੋ ਹੈ ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੋਟੋ ਹੈ। ਉਹ ਇੱਕ ਧੇਲੇ ਦਾ ਬੰਦਾ, ਨਾ ਮਾਂ ਨਾ ਪਿਓ, ਨਾ ਪਿਛੋਕਣ, ਨਾ ਲੈਣ ਨਾ ਦੇਣ, ਉਹ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬਰਾਬਰ ਵਾਲਾ ਪੁੱਤ ਰਮੇਸ਼, ਫੋਟੋ ਛਾਪੇ। ਆਹ ਕਿਤਨੇ ਸਿੱਖ ਬੈਠੇ ਹੈ, ਕਰੇ ਕਿੱਥੇ ਸਿੱਖ ਨੇ ਕ੍ਰਿਸ਼ਨ ਭਗਵਾਨ ਦੇ ਬਰਾਬਰ, ਰਾਮ ਚੰਦਰ ਜੀ ਦੇ ਬਰਾਬਰ ਫੋਟੋ ਛਾਪਣ ਦੀ ਜ਼ਰੂਰਤ ਕੀਤੀ ਹੈ? ਇਹ ਮੈਂ ਰਮੇਸ਼ ਨੂੰ ਦੱਸਣਾ ਚਾਹੁੰਦਾ ਤੇ ਗੌਰਮੈਂਟ ਨੂੰ ਵੀ ਕਹਿਣਾ ਚਾਹੁੰਦਾ ਹਾਂ, ਜਾਂ ਤਾਂ ਲਿਖਤੀ ਰੂਪ ਵਿੱਚ ਪਰਸੋਂ ਤੱਕ ਜਾਂ ਚੌਥੇ ਤੱਕ ਜੇ ਤਾਂ ਮੁਆਫ਼ੀ ਮੰਗ ਲਵੇ ਸਿੱਖ ਕੌਮ ਤੋਂ, ਚੰਗਾ। ਤੇ ਜੇ ਇਹ ਲਾਲੇ ਦੇ ਪੁੱਤਰ ਰਮੇਸ਼ ਨੇ ਆਪਣੀ ਇਸ ਕੀਤੀ ਹੋਈ ਗਲਤੀ ਦਾ ਅਹਿਸਾਸ ਕਰਕੇ ਤੇ ਸਿੱਖ ਕੌਮ ਤੋਂ ਮੁਆਫ਼ੀ ਨਾ ਮੰਗੀ, ਤੇ ਜੇ ਕਿਸੇ ਪ੍ਰੇਮੀ ਨੇ ਗੱਡੀ ਚੜਾ ਦਿੱਤਾ, ਉਹਦੀ ਜ਼ਿੰਮੇਵਾਰੀ ਗੌਰਮੈਂਟ ਦੇ ਤੇ ਰਮੇਸ਼ ਦੇ ਜ਼ਿੰਮੇ ਹੋਵੇਗੀ, ਉਹ ਮੇਰੇ ਜ਼ਿੰਮੇ ਤੇ ਸਿੱਖ ਕੌਮ ਦੇ ਜ਼ਿੰਮੇ ਨਹੀਂ ਹੋਵੇਗੀ।